ਲਾੜੇ ਦੇ ਬੂਟ ਲਾਉਣ ਤੇ ਟੁੱਟ ਗਿਆ ਵਿਆਹ, ਦਰਾਂ ਚੋਂ ਮੁੜੀ ਬਰਾਤ। ਕੁੜੀ ਵਾਲਿਆਂ ਨੇ ਮੁੰਡੇ ਤੇ ਕਰਾਤਾ ਪਰਚਾ। ਹੈਰਾਨ ਕਰਨ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੁੜੀ ਮੁੰਡੇ ਦਾ ਵਿਆਹ ਤੈਅ ਹੁੰਦਾ ਹੈ। ਮੁੰਡਾ ਗਾਜੇ ਬਾਜੇ ਦੇ ਨਾਲ ਬਰਾਤ ਲੈ ਕੇ ਕੁੜੀ ਵਾਲਿਆਂ ਦੇ ਘਰ ਪਹੁੰਚਦਾ ਹੈ, ਜਿੱਥੇ ਪ੍ਰੋਗਰਾਮ ਰੱਖਿਆ ਹੋਇਆ ਸੀ। ਜਿਵੇਂ ਹੀ ਫੇਰੇ ਕਰਾਉਣ ਲੱਗੇ, ਬੂਟ ਲਾਏ ਲਾੜੇ ਨੇ, ਉਸੇ ਸਮੇਂ ਰੌਲਾ ਪੈ ਗਿਆ, ਕਿਉਂਕਿ ਲਾੜੇ ਦੇ ਪੈਰ ਦੀਆਂ ਉਂਗਲਾਂ ਵੱਢੀਆਂ ਹੋਈਆਂ ਸੀ। ਦਿਵਿਆਂਗ ਸੀ ਲਾੜਾ, ਤੇ ਇਹ ਗੱਲ ਕੁੜੀ ਵਾਲਿਆਂ ਨੂੰ ਮੁੰਡੇ ਵਾਲਿਆਂ ਨੇ ਵਿਆਹ ਤੋਂ ਪਹਿਲਾਂ ਨਹੀਂ ਦੱਸੀ। ਬਸ ਫੇਰ ਕੀ ਸੀ, ਕੁੜੀ ਵਾਲਿਆਂ ਨੇ ਪੁੱਠੇ ਪੈਰ ਮੋੜਤੀ ਬਰਾਤ ਤੇ ਲਾੜੇ ਤੇ ਪਰਚਾ ਵੀ ਦਰਜ ਕਰਾ ਦਿੱਤਾ। ਲਾੜਾ ਬੜੇ ਚਾਵਾਂ ਦੇ ਨਾਲ ਵਿਆਹ ਕਰਾਉਣ ਆਇਆ ਸੀ। ਉਸਨੇ ਸੋਚਿਆ ਕਿ ਅੱਜ ਉਹ ਆਪਣੇ ਹਮਸਫ਼ਰ ਨੂੰ ਘਰ ਲੈ ਕੇ ਆਉਣ ਜਾ ਰਿਹਾ ਹੈ, ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਥਾਣੇ ਜਾਣਾ ਪਊਗਾ। ਹੁਣ ਇਸ ਲਾੜੇ 'ਤੇ ਪਰਚਾ ਵੀ ਪੈ ਗਿਆ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਮਾਮਲਾ ਉੱਤਰ ਪ੍ਰਦੇਸ਼ ਦੇ ਅੰਬੇਦਕਰ ਨਗਰ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਸੰਝੌਲੀ ਪਿੰਡ ਦੇ ਅੰਦਰ ਸ਼ੁੱਕਰਵਾਰ ਰਾਤ ਨੂੰ ਵਿਆਹ ਦੀਆਂ ਰਸਮਾਂ ਸਾਰੀਆਂ ਪੂਰੀਆਂ ਹੋ ਚੁੱਕੀਆਂ ਸੀ। ਫੇਰੇ ਹੋਣੇ ਸੀ, ਐਂਟਰੀ ਹੋ ਗਈ ਸੀ ਦੁੱਲ੍ਹੇ ਦੀ, ਸਾਰੇ ਬਰਾਤੀ ਆ ਗਏ ਸੀ, ਖਾਣਾ ਲੱਗ ਗਿਆ ਸੀ, ਸਾਰੇ ਇੰਜੋਏ ਕਰ ਰਹੇ ਸੀ। ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਵਿਆਹ 'ਚ ਅਜਿਹਾ ਕੁਝ ਹੋਣ ਵਾਲਾ ਹੈ ਜੋ ਲਾੜੇ ਨੂੰ ਥਾਣੇ ਪਹੁੰਚਾ ਦੇਗਾ। ਲਾੜੇ ਨੇ ਬੂਟ ਲਾਏ, ਉਂਗਲਾਂ ਦੇਖੀਆਂ ਲਾੜੇ ਦੀਆਂ, ਕੁੜੀ ਵਾਲੇ ਗੁੱਸੇ 'ਚ ਆਏ ਅਤੇ ਉਹਨਾਂ ਨੇ ਲਾੜੇ 'ਤੇ ਪਰਚਾ ਕਰਾ ਦਿੱਤਾ ਅਤੇ ਮੌਕੇ 'ਤੇ ਰਿਸ਼ਤਾ ਤੋੜ ਕੇ ਬਰਾਤ ਪੁੱਠੇ ਪੈਰੀ ਮੋੜਤੀ। ਹਮ ਲੜਕੀ ਕੇ ਸਾਥ ਥਾਣੇ ਥੇ ਔਰ ਕੋਈ ਬਤਾਇਆ ਨਹੀਂ ਥਾ ਇਨਕੇ ਘਰ ਪੇ ਪਾਉਂ ਮੇਂ ਜੋ ਹੈ ਉਹ ਨਹੀਂ ਹੈ, ਕਿਆ ਬੋਲਤੇ ਹੈ, ਉਂਗਲੀਆਂ ਦੋਨੋਂ ਪਾਉਂ। ਕੱਲ੍ਹ ਜਬ ਹਮਾਰੇ ਘਰ ਬਰਾਤ ਆਈ, ਜਬ ਪਾਉ ਪੂਜਨੇ ਚਲੇ ਤਾਂ ਉਂਗਲੀਆਂ ਦੇਖੇ ਨਹੀਂ ਥੀ। ਹਮਾਰੀ ਲੜਕੀ ਬੋਲੀ ਹਮ ਸ਼ਾਦੀ ਨਹੀਂ ਕਰੇ, ਹਮ ਵੀ ਕਹੇ ਨਹੀਂ ਸ਼ਾਦੀ ਕਰੇਂਗੇ, ਹਮਾਰਾ ਜੋ ਖਰਚਾ ਲਗਾ ਹਮਾਰਾ ਖਰਚਾ ਦੇ ਦੋ। ਯਹਾਂ ਯਹਾਂ ਬੁਲਾਇਆ ਗਿਆ ਹੈ ਕੋਤਵਾਲੀ ਮੇਂ। ਨਾਮ ਕਿਆ ਹੈ? ਗੌਤਮ। ਗਾਉਂ? ਸਜੋਲੀ। नहीं, इसकी विस्तृत क्या है? एक 112 पर एक इवेंट आया जिसमें सूचना मिली कि बारात में कुछ विवाद हो गया, उसमें 112 यहाँ से गई थी मौके पर। वर पक्ष और वधु पक्ष कन्या पक्ष दोनों को थाने पर लेके आए, उसमें कुछ दुल्हे और वधु पक्ष में विवाद के कारण तो यहाँ पे समझौते की बात चल रही थी। अब वो शादी किन परिस्थितियों में तय कराई गई थी, क्या बात थी, क्योंकि पारिवारिक मामला है, बहुत ही संवेदनशील रहता है, आवश्यक विधिक कार्रवाई की जाएगी, दोनों पक्षों से बातचीत की जा रही है, अभी बातचीत ही प्रक्रिया में है, जैसा होगा अग्रिम करेगी। हमारे गांव के एक लड़की सिझौलिया की लड़की से शादी करने की बात कर रहे थे। हमने कहा ठीक है, बात कर लो, और हमने अपना पूरा सिस्टम बताया कि हमारा पैर ऐसा है, अब उन लोग को बता देना, अगर वो लोग शादी करने के लिए तैयार होंगे तो ठीक है, नहीं तो कैंसिल कर देना। तो लड़की बोली हमारे गाँव की कि वो लोग शादी करने के लिए तैयार हैं। फिर जब कल बारात लेकर गए, शादी वादी सब हो गया था, केवल सिंदूरदान बाकी था, तो लड़की के पिता ने बोले कि पैर में उंगली के कारण शादी नहीं हो सकती।